ਸਤਿ ਸ਼੍ਰੀ ਅਕਾਲ ਜੀ। ਜਲੰਧਰ ਜ਼ਿਮਨੀ ਚੋਣ 'ਚ ਲਗਾਤਾਰ ਜਿੱਦਾਂ ਅਸੀਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਰਹੇ ਹਾਂ ਵੀ ਲੋਕਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਅਧਿਕਾਰੀਆਂ ਨੂੰ, ਔਰ ਕੋਡ ਆਫ ਕੰਡਕਟ ਦੀ ਉਲੰਘਣਾ ਹੋ ਰਹੀ ਹੈ, ਉਸੇ ਤਰ੍ਹਾਂ ਹੀ ਅੱਜ ਪੋਲਿੰਗ ਵਾਲੇ ਦਿਨ ਪਿੰਡਾਂ ਵਿੱਚ ਬੂਥਾਂ ਦੇ ਉੱਤੇ ਆਮ ਪਾਰਟੀ ਨੇ ਬਾਹਰੋਂ ਬੰਦੇ ਸੱਦੇ ਆ ਅਤੇ ਸੱਦ ਕੇ ਉਹ ਬੂਥਾਂ 'ਤੇ ਬਿਠਾਏ ਆ ਅਤੇ ਬਾਹਰਲੀਆਂ ਗੱਡੀਆਂ ਉਹ ਬੈਠੀਆਂ ਆ, ਲੋਕਾਂ ਨੂੰ ਹਾਲੇ ਵੀ ਡਰਾ ਰਹੇ ਆ। ਅਤੇ ਜਦਕਿ ਇਹ ਹਦਾਇਤ ਹੁੰਦੀ ਆ ਇਲੈਕਸ਼ਨ ਕਮਿਸ਼ਨ ਦੀ, ਇਹ ਸ਼ਰਤ ਆ ਕਿ ਬਾਹਰਲੇ ਬੰਦੇ ਪੋਲਿੰਗ ਵਾਲੇ ਦਿਨ ਉਹ ਨਹੀਂ ਰਹਿਣਗੇ ਇਸ ਹਲਕੇ ਵਿੱਚ, ਲੇਕਿਨ ਮੈਨੂੰ ਬੜੀ ਹੈਰਾਨੀ ਆ ਵੀ ਪੁਲਿਸ ਉਹਨਾਂ ਦੀ ਮਦਦ ਕਿਉਂ ਕਰ ਰਹੀ ਆ। ਅਸੀਂ ਹਜ਼ਾਰਾ, ਹਰੀਪੁਰ, ਬਡਿਆਣਾ, ਪਤਾਰੇ ਦੇ ਅਤੇ ਆਦਮਪੁਰ ਦੇ ਥਾਣੇ ਦੇ ਪਿੰਡਾਂ 'ਚ ਅਸੀਂ ਸ਼ਿਕਾਇਤਾਂ ਕਰ ਰਹੇ ਹਾਂ, ਕੋਈ ਪੁੱਛ ਹੀ ਨਹੀਂ ਰਿਹਾ। ਇਹ ਮੀਡੀਆ ਨੂੰ ਮੈਂ ਬੇਨਤੀ ਕਰਦਾ ਵੀ ਇਹਦਾ ਧਿਆਨ ਲੈਣ, ਸੰਗਿਆਨ ਲੈਣ। ਥੈਂਕ ਯੂ।